ਗੁਰਦੁਆਰਾ ਸਾਹਿਬ ਚੋਂ ਗੁਰਬਾਣੀ ਦੀ ਪੋਥੀ ਸਾਹਿਬ ਹੋਈ ਚੋਰੀ। ਅਣਪਛਾਤੇ ਵਿਅਕਤੀ ਨੇ ਭੇਸ ਬਦਲ ਕੇ ਵਾਰਦਾਤ ਨੂੰ ਦਿੱਤਾ ਅੰਜਾਮ। ਸੀਸੀਟੀਵੀ ਕੈਮਰੇ 'ਚ ਕੈਦ ਹੋਈਆਂ ਤਸਵੀਰਾਂ। ਬਰਗਾੜੀ 'ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਜ਼ਖਮ ਅਜੇ ਸੁੱਕੇ ਵੀ ਨਹੀਂ ਸਨ ਕਿ ਗੁਰਬਾਣੀ ਬੇਅਦਬੀ ਦੀ ਇੱਕ ਹੋਰ ਘਟਨਾ ਨੇ ਸਿੱਖ ਸੰਗਤਾਂ ਦੇ ਹਿਰਦਿਆਂ ਨੂੰ ਤਾਰ ਤਾਰ ਕਰਕੇ ਰੱਖ ਦਿੱਤਾ। ਮਲੋੜ ਦੇ ਆਦਰਸ਼ ਨਗਰ 'ਚ ਪੈਂਦੇ ਗੁਰਦੁਆਰਾ 'ਚ ਇੱਕ ਅਣਪਛਾਤਾ ਵਿਅਕਤੀ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਟੀਕ ਦੇ 6ਵੇਂ ਭਾਗ ਦੀ ਪੋਥੀ ਚੋਰੀ ਕਰਕੇ ਫਰਾਰ ਹੋ ਗਿਆ। ਅਣਪਛਾਤੇ ਵਿਅਕਤੀ ਦੀ ਇਸ ਕਰਤੂਤ ਬਾਰੇ ਉਦੋਂ ਪਤਾ ਲੱਗਿਆ ਜਦੋਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਨੇ ਕਥਾ ਕਰਨ ਲਈ ਅਲਮਾਰੀ ਵਿੱਚੋਂ ਪੋਥੀ ਸਾਹਿਬ ਦੀ ਭਾਲ ਕੀਤੀ, ਪਰ ਪੋਥੀ ਸਾਹਿਬ ਉੱਥੋਂ ਗਾਇਬ ਸੀ, ਜਿਸ ਦੀ ਜਾਣਕਾਰੀ ਪਹਿਲਾਂ ਗੁਰਦੁਆਰਾ ਪ੍ਰਬੰਧਕਾਂ ਨੂੰ ਅਤੇ ਫਿਰ ਪੁਲਿਸ ਨੂੰ ਦਿੱਤੀ ਗਈ। ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਅਣਪਛਾਤਾ ਵਿਅਕਤੀ ਆਉਂਦਾ ਜੋ ਅੱਗੇ ਵੀ ਪਹਿਲਾਂ ਨਿਗਾਹ ਦੇ ਵਿੱਚ ਨਹੀਂ ਆਇਆ ਹੈਗਾ ਅਤੇ ਪਰ ਉਹ ਪਰਸੋਂ ਨਿਗਾਹ ਦੇ ਵਿੱਚ ਸਾਡੇ ਆਇਆ, ਉਹਨੇ ਆ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਰੋਜ਼ ਦੀ ਜੋ ਕਥਾ ਹੁੰਦੀ ਹੈ ਉਹਦਾ ਇੱਕ ਭਾਗ ਉਹਨੇ ਚੱਕ ਕੇ ਲੈ ਗਿਆ, ਜਿਹਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠ ਸਾਹਿਬ ਪ੍ਰਕਾਸ਼ ਸੀਗਾ, ਭਾਈ ਸਾਹਿਬ ਰੋਲ ਲਾਈ ਜਾਂਦੇ ਸੀਗੇ ਅਤੇ ਕੁਛ ਸੰਗਤ ਆ ਵੀ ਰਹੀ ਸੀ, ਮੱਥਾ ਟੇਕਦੀ ਸੀ, ਜਾ ਰਹੀ ਸੀ, ਆ ਰਹੀ ਸੀਗੀ, ਪਰ ਕਿਸੇ ਦਾ ਕੋਈ ਧਿਆਨ ਨਹੀਂ ਸੀਗਾ। ਉਹ ਸਭ ਸੂਰਤ ਗੁਰਸਿੱਖ ਬੰਦਾ ਸਮਝ ਕੇ ਹੀ ਕਿਸੇ ਨੇ ਉਹਦੇ ਵੱਲ ਕੋਈ ਬਾਹਲੀ ਨਿਗਾਹ ਨਹੀਂ ਕੀਤੀ ਗੀ। ਜਦੋਂ ਅਸੀਂ ਪੜਤਾਲਿਆ, ਸਾਡੇ ਇੱਥੇ ਰੋਜ਼ ਦੀ ਕਥਾ ਹੁੰਦੀ ਸੀਗੀ, ਉਹ ਸਟੀਕ ਦੇਖਿਆ ਅਤੇ ਉਹਦੇ ਵਿੱਚੋਂ ਇੱਕ ਭਾਗ ਗੈਪ ਪਾਇਆ ਗਿਆ, ਜਿਹਦੀ ਅਸੀਂ ਅੱਜ ਹੀ ਸਵੇਰੇ ਪ੍ਰਸ਼ਾਸਨ ਦੇ ਨਿਗਾਹ ਦੇ ਵਿੱਚ ਲਿਆਂਦਾ। ਜਦੋਂ CCTV ਦੀ ਫੁਟੇਜ ਦੇਖੀ ਗਈ ਤਾਂ ਫੁਟੇਜ ਦੇ ਵਿੱਚ ਉਸ ਨੂੰ ਇੱਕ ਸਾਬਤ ਸੂਰਤ ਅੰਮ੍ਰਿਤਧਾਰੀ ਵਰਗਾ ਨਜ਼ਰ ਆਉਣ ਵਾਲਾ ਬੰਦਾ ਲੈ ਕੇ ਜਾ ਰਿਹਾ ਪਾਇਆ ਗਿਆ, ਔਰ ਇਸ ਚੀਜ਼ ਦੀ ਅਸੀਂ ਜਿਹੜੀ ਹੈਗੀ ਆ ਸ਼ਿਕਾਇਤ ਥਾਣਾ ਸਿਟੀ ਮਲੋਟ ਵਿਖੇ ਕਰ ਦਿੱਤੀ ਹੈ। ਸਵੇਰ ਤੋਂ ਲੈ ਕੇ ਜਾਂਚ ਜਾਰੀ ਹੈ, ਹੁਣ ਅਗਲੀ ਬਣਦੀ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ। ਅਸੀਂ ਪ੍ਰਸ਼ਾਸਨ ਵੱਲੋਂ ਕੀਤੀ ਗਈ ਕਾਰਵਾਈ 'ਤੇ ਪੂਰੀ ਤਰ੍ਹਾਂ ਸੰਤੁਸ਼ਟੀ ਜ਼ਾਹਰ ਕਰਦੇ ਹਾਂ। ਮੌਕੇ 'ਤੇ ਪਹੁੰਚੀ ਪੁਲਿਸ ਨੇ ਗੁਰਦੁਆਰਾ ਸਾਹਿਬ ਅੰਦਰ ਲੱਗੇ CCTV ਕੈਮਰਿਆਂ ਨੂੰ ਖੰਗਾਲਿਆ, ਜਿਸ ਤੋਂ ਪਤਾ ਲੱਗਿਆ ਕਿ ਇੱਕ ਸਿੱਖ ਨਜ਼ਰ ਆਉਣ ਵਾਲਾ ਵਿਅਕਤੀ ਪਹਿਲਾਂ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਇਆ ਅਤੇ ਮੱਥਾ ਟੇਕਣ ਤੋਂ ਬਗੈਰ ਅਲਮਾਰੀ 'ਚੋਂ ਪੋਥੀ ਸਾਹਿਬ ਨੂੰ ਰੁਮਾਲੇ ਸਣੇ ਲੈ ਕੇ ਫਰਾਰ ਹੋ ਗਿਆ। ਫੁਟੇਜ 'ਚ ਦੋਸ਼ੀ ਵਿਅਕਤੀ ਨੂੰ ਝੋਲੇ 'ਚ ਪੋਥੀ ਸਾਹਿਬ ਪਾਈ ਸਾਫ ਸਾਫ ਵੇਖਿਆ ਜਾ ਸਕਦਾ ਹੈ। ਫਿਲਹਾਲ ਪੁਲਿਸ ਦੋਸ਼ੀ ਦੀ ਭਾਲ 'ਚ ਜੁਟ ਗਈ ਹੈ। ਇਹਨਾਂ ਵੱਲੋਂ ਸਾਨੂੰ ਇੱਕ ਇਤਲਾਹ ਮਿਲੀ ਦਿੱਤੀ ਗਈ ਕਿ ਅੱਜ ਜਿਹੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਖੀ ਗੁਰਬਾਣੀ ਵਾਲੀ ਸਾਖੀ ਜਿਹੜੀ ਪੋਥੀ ਹੈ ਸੈਂਚਰੀ, ਉਹ ਬਾਹਰ ਜਿੱਥੇ ਆਮ ਗੁਟਕਾ ਸਾਹਿਬ ਰੱਖੇ ਹੁੰਦੇ ਹਨ ਲੱਕੜ ਦੀ ਅਲਮਾਰੀ ਸ਼ੀਸ਼ੇ ਵਾਲੀ ਬਣਾ ਕੇ ਉੱਥੇ ਰੱਖੀ ਹੋਈ ਸੀ, ਅਤੇ ਕੋਈ ਬੰਦਾ ਉਹ ਜਿਹੜੀ ਉੱਥੋਂ ਉਹ ਪੋਥੀ ਜਿਹੜੀ ਹੈ ਉਹ ਲੈ ਗਿਆ। ਤਾਂ ਜਿਹੜੀ CCTV ਫੁਟੇਜ ਦੇ ਵਿੱਚ ਵੀ ਬੰਦੇ ਦੀ ਸ਼ਕਲ ਆ ਰਹੀ ਹੈ, ਜਿਸ ਤੋਂ ਲੱਗ ਰਿਹਾ ਕਿ ਉਹ ਕੋਈ ਮੰਦਬੁੱਧੀ ਵੀ ਹੋ ਸਕਦਾ ਹੈ, ਵੀ ਉਸ ਤਰ੍ਹਾਂ ਦੀ ਗੱਲ ਜਿਹੜੀ ਹੈਗੀ ਆ ਮਾੜੀ ਟੈਂਸ਼ਨ ਵਾਲੀ ਜਿਹੜੀ ਹੈਗੀ ਸਾਹਮਣੇ ਨਹੀਂ ਆਈ, ਫਿਰ ਵੀ ਜਿਹੜੀ ਇਸ ਸੰਬੰਧੀ ਜਿਹੜੀ ਪੜਤਾਲ ਜਾਰੀ ਹੈ। ਦੱਸ ਦਈਏ ਇਸ ਪੂਰੀ ਵਾਰਦਾਤ ਮੌਕੇ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਚੱਲ ਰਿਹਾ ਸੀ ਅਤੇ ਆਮ ਸੰਗਤ ਦੇ ਆਉਣ ਜਾਣ ਕਾਰਨ ਕਿਸੇ ਦਾ ਵੀ ਧਿਆਨ ਦੋਸ਼ੀ ਵੱਲ ਨਹੀਂ ਗਿਆ, ਪਰ ਗੁਰਦੁਆਰਾ ਸਾਹਿਬ 'ਚੋਂ ਦਿਨ ਦਿਹਾੜੇ ਪੋਥੀ ਸਾਹਿਬ ਚੋਰੀ ਹੋਣ ਕਾਰਨ ਸਿੱਖ ਸੰਗਤਾਂ 'ਚ ਕਾਫੀ ਰੋਸ ਪੈ ਜਾ ਰਿਹਾ। ਮਲੋੜ ਤੋਂ ਹਰਦੀਪ ਸਿੰਘ ਖਾਲਸਾ,
D5 ਚੈਨਲ ਪੰਜਾਬੀ।